ਕਰ ਲੈਂਦਾ ਫਿਰ ਇਹ ਪ੍ਰੋਬਲਮ ਮਿਨੀਮਾਈਜ਼ ਹੋ ਜਾਂਦੀ ਹਾਂ ਪਰ ਗਾਣਾ ਤੁਸੀਂ ਦੱਸਿਆ ਨਹੀਂ ਕਿ ਤੁਸੀਂ ਕਿਹੜਾ ਗਾਣਾ ਕਰਨੀਓ ਸਰ ਗਾਣਾ ਗਾਣਾ ਦੇਖੋ ਗਾਣੇ ਮੇਰੇ ਇੱਕ ਜਿਹੜਾ ਕਿ ਮੈਂ ਉਹਦਾ ਅਮਿਤ ਆਬਚੰਦ ਦਾ ਸਲਾਮੇ ਇਸ਼ਕ ਸੁਨਾਣਾ ਉਹਨਾਂ ਵਾਈਫ ਨੂੰ ਤੇ ਜੇ ਕਹਿੰਦੇ ਜੋ ਵੀ ਮੈਂ ਦੋ ਲਫ਼ਜ਼ ਸੁਨਾਣਾ ਬਿਲਕੁਲ ਸਰ ਬਿਲਕੁਲ ਹਾਂਜੀ ਸਲਾਮੇ ਇਸ਼ਕ ਮੇਰੀ ਜਾਂ ਜ਼ਰਾ ਕਬੂਲ ਕਰ ਲੋ तुम हमसे प्यार करने की जरा सी भूल कर लो मेरा दिल बेचैन है मेरा दिल बेचैन है हम सफर के लिए मेरा दिल बेचैन है हम सफर के लिए सलामे इश्क मेरी जान जरा कबूल कर लो क्या बात है बहुत खूब और मैडम जब प्रोग्राम देख रहे हो तो काफ़ी खुश हो जा रही है कि सोंग डैडीकेट किया जिस तरह जिस भी मुकाम ते पहुँचे हो तुम्हें इन्ना कुछ अचीव किया अपनी लाइफ के सोचा तुम उस चीज़ न पाया सब तो ज़्यादा साथ योगदान ਜੇ ਆਪਾਂ ਬਚਪਨ ਤੋਂ ਲੈ ਕੇ ਹੁਣ ਤੱਕ ਦੀ ਗੱਲ ਕਰੀਏ ਕਿਸ ਦਾ ਰਹਾ ਮੈਡਮ ਮਿਸਰਾ ਹੁੰਦਾ ਮੈਂ ਕੁਛ ਥੋੜਾ ਜਨਨਾ ਤੁਹਾਡੇ ਕੁਐਸਚਨ ਨੂੰ ਆਪ ਹੀ ਟਵਿਸਟ ਕਰਦਾ ਜੀ ਇਹ ਸਾਰਾ ਕੁਝ ਇੱਕ ਇਨਸਾਨ ਤੇ ਮਨਸਰ ਹੁੰਦਾ ਹੂੰ ਹੂੰ ਉਹ ਆਪਣੇ ਜਿਹੜਾ ਵੀ ਉਹਦਾ ਸਾਥੀ ਹੈ ਬੇਸ਼ੱਕ ਵਾਈਫ ਹੈ ਹੂੰ ਬੇਸ਼ੱਕ ਦੋਸਤ ਹੈ ਹੂੰ ਹੂੰ ਉਹਦੇ ਕੋਲੋਂ ਜਿਹੜੀ ਮਰਜ਼ੀ ਚੀਜ਼ ਲੈ ਸਕਦਾ ਜਿਹੜੀ ਚੀਜ਼ ਛੱਡ ਵੀ ਸਕਦਾ ਤੇਈ ਵਾਰੀ ਅਸੀਂ ਨਾ ਅਸੀਂ ਸੋਚਦੇ ਆਂ ਵੀ ਫਲਾਣੇ ਨੇ ਸਾਨੂੰ ਦਿੱਤਾ ਹੋਰ ਨਹੀਂ ਕਿਸੇ ਨੇ ਲੈ ਲਿਆ ਇਹ ਤੁਹਾਡੇ ਚ ਇੱਕ ਇੰਨੀ ਇੱਕ ਸਖਸ਼ੀਅਤ ਦੇ ਵਿੱਚ ਕਿੰਨੀ ਕੁ ਸੋਚ ਔਰ ਸਮਝ ਨਹੀਂ achi ਹੋਣੀ ਚਾਹੀਦੀ ਹੈ ਕਿ ਤੁਸੀਂ ਕਿਸੇ ਕੋਲੋਂ ਗ੍ਰੈਬ ਕਰ ਲਓ ਚੰਗੀ ਚੀਜ਼ ਹੋ ਸਕਦਾ ਮੈਂ ਅੱਜ ਤੁਹਾਡੇ ਕੋਲ ਵੀ ਕਈ ਚੀਜ਼ਾਂ ਲੈ ਕੇ ਜਾਣੀ ਆ ਕਿਉਂਕਿ ਇਹ ਤੁਹਾਡੇ ਤੇ ਡਿਪੈਂਡ ਹੈ ਤੁਸੀਂ ਕਿਸੇ ਕੋਲੋਂ ਮਾੜੀ ਚੀਜ਼ ਅਰਨ ਕਰਨੀ ਚਾਹੁੰਦੇ ਜੇ ਤੇ ਮਾੜੀ ਕਰ ਲੋਗੇ ਚੰਗੀ ਚ ਕਰਨੀ ਚਾਹੁੰਦੇ ਜੇ ਕਰਨੀ ਚ ਜਿਸ ਤਰ੍ਹਾਂ ਕਿ ਮੈਂ ਅੱਗੇ ਵੀ ਤੁਹਾਨੂੰ ਕਿਹਾ ਹੈ ਕਿ ਅਸੀਂ ਇੱਕ ਸਾਡਾ ਰੋਲ ਮਾਡਲ ਨਹੀਂ ਹੋ ਸਕਦਾ ਅਸੀਂ ਇੱਕੋ ਬੰਦੇ ਤੇ ਡਿਪੈਂਡ ਨਹੀਂ ਹੋ ਸਕਦੇ ਇਸੇ ਤਰ੍ਹਾਂ ਅਸੀਂ ਆਪਣੇ ਵਾਈਫ ਕੋਲੋਂ ਮੈਂ ਜੇ ਜੋ ਦੇ ਚ ਦੋ ਚੀਜ਼ਾਂ ਮਾੜੀਆਂ ਮੈਂ ਨਹੀਂ ਲੈਣੀ ਮੈਂ ਸਾਰਾ ਕੁਝ ਨਹੀਂ ਉਹਦਾ ਲੈਣਾ ਜੇ ਉਹਦੇ ਕੋਈ ਦੋ ਚੀਜ਼ਾਂ ਚੰਗੀਆਂ ਉਹ ਲੈ ਲੈਣੀ ਹੈ ਬਿਲਕੁਲ ਬਿਲਕੁਲ ਮੇਰੀ ਤੇ ਇਹ ਸੋਚ ਹੈ ਹਰ ਇਨਸਾਨ ਕੋਲ ਕੁਝ ਨਾ ਕੁਝ ਗੁਣ ਹੁੰਦੇ ਆ ਉਹ ਲੈ ਲਓ ਤੇ ਜਿਹੜੀ ਮਾੜੀ ਚੀਜ਼ ਹੈ ਮਾੜੀਆਂ ਚੀਜ਼ਾਂ ਤੇ ਆਪਣੇ ਚ 15 ਹੈਗੇ ਅੱਗੇ ਹੀ ਹੂੰ ਹੂੰ ਉਹ ਤੁਸੀਂ ਹੋਰ ਲੈ ਲੋਗੇ ਤੇ ਉਹ ਵੱਧ ਜਾਣਗੀਆਂ ਬਿਲਕੁਲ ਦੂਸਰਿਆਂ ਕੋਲੋਂ ਚੰਗੀਆਂ ਚੀਜ਼ਾਂ ਲਵੋ ਇਹ ਨਹੀਂ ਕਿ ਤੁਹਾਡੀ ਇੱਕ ਸ਼ੈਨਸ਼ੀਲਤਾ ਇੱਕ ਸੋਚ ਇੱਕ ਪੋਜ਼ਿਟਿਵ ਥਿੰਕਿੰਗ ਨਾ ਹੋਣੀ ਚਾਹੀਦੀ ਹੂੰ ਹੂੰ ਤੇ ਸਰ ਤੁਹਾਡੇ professionl life ਦੀ ਗੱਲ ਆਪਾਂ ਕਰ ਰਹੇ ਹਾਂ ਜੋ ਤੁਸੀਂ ਐਟ ਪ੍ਰੈਸੈਂਟ ਇਨਾ ਕੁਝ ਅਚੀਵ ਕੀਤਾ ਹੋਇਆ ਤੇ ਇਸ ਦੀ ਜਦੋਂ ਸ਼ੁਰੂਆਤ ਹੋਈ ਉਸ ਵੇਲੇ ਵੀ ਤੁਹਾਡੇ ਸੋਚ ਇਸੇ ਤਰ੍ਹਾਂ ਦੀ ਸੀ ਤੁਸੀਂ ਇਸੇ ਤਰ੍ਹਾਂ ਦੇ ਹੀ ਸੀਗੇ ਜਾਂ ਸਮੇਂ ਦੇ ਨਾਲ ਤਜਰਬਿਆਂ ਦੇ ਨਾਲ ਚੀਜ਼ਾਂ ਬਦਲਦੀਆਂ ਚੱਲੀਆਂ ਹਾਂਜੀ ਹਾਂਜੀ ਬਿਲਕੁਲ ਜੋ ਤੁਸੀਂ ਹੁਣ ਕਹੇ ਐਗਜ਼ੈਕਟ ਹਮ ਹਮ ਇਹ ਕੋਈ ਵੀ ਇਨਸਾਨ ਘਰੋਨੇ ਸਿੱਖਦਾ ਲੋਕ ਸਖਾਂਦੇ ਆ ਹਮ ਔਰ ਜਿਨ੍ਹਾਂ ਲੋਕਾਂ ਨਾਲ ਤੁਸੀਂ ਬੈਠਦੇ ਜੇ ਹਮ ਤੁਹਾਡੀ ਪੋਜ਼ਿਟਿਵ ਸੋਚ ਹੋਣੀ ਚਾਹੀਦੀ ਹੈ ਮੈਂ 20 ਸਾਲਾਂ ਦੇ ਵਿੱਚ এডਿਕੇਸ਼ਨ ਦੇ ਵਿੱਚ ਬਹੁਤ ਕੁਝ ਸਿੱਖਿਆ ਜੇ ਮੈਂ ਅੱਜ ਇੱਥੇ ਬੋਲ ਰਿਹਾ ਜਾਂ ਜੋ ਵੀ ਤੁਹਾਡੇ ਨਾਲ ਗੱਲ ਕਰ ਰਿਹਾ ਇਹ এডਿਕੇਸ਼ਨ ਕਰਕੇ ਹੀ ਮੈਂ ਸਾਰਾ ਕੁਝ ਸਿੱਖਿਆ ਮੇਰੇ ਜਦੋਂ ਮੈਂ ਸਟਾਰਟ ਕੀਤੀ ਬਿਲਕੁਲ ਇਹ ਸੋਚ ਵੀ ਨਹੀਂ ਸੀ ਨਾ ਹੀ ਨਹੀਂ ਸਮਝ ਸੀ ਸਾਰਾ ਕੁਝ ਲੋਕਾਂ ਨੇ ਕਿਉਂਕਿ ਜਦੋਂ ਤੁਸੀਂ ਹਰ ਚੀਜ਼ ਨੂੰ ਕੁਰੇਦ ਦੇ ਜੇ ਤੁਸੀਂ ਮੈਨੂੰ ਇੱਕ ਗੱਲ ਕਰਦੇ ਜੇ ਮੈਂ ਅਗੋਂ ਹੋਰ ਦੋ ਕੁਐਸਚਨ ਪੁੱਛਦਾ ਦੋ ਚੋਂ ਹੋਰ ਤਿੰਨ ਕੁਐਸਚਨ ਹੋਰ ਨਿਕਲਦੇ ਉਦੋਂ ਤੁਹਾਡਾ ਨਖਾਰ ਆਂਦਾ ਤੁਹਾਡੀ ਜਿਹੜੀ ਸਮਝ ਦੇ ਵਿੱਚ ਹੋਰ ਅਚੀਵਮੈਂਟਸ ਅਚੀਵ ਅਚੀਵਮੈਂਟਸ ਹੁੰਦੀਆਂ ਉਸ ਚੀਜ਼ ਨੂੰ ਅਗਰ ਤੁਸੀਂ ਇਹ ਸੋਚਦੇ ਜੇ ਕਿ ਮੈਂ ਕੁਝ ਸਿੱਖਣਾ ਵਾਂ ਤੇ ਤੁਹਾਡੇ ਵਾਸਤੇ ਸਿੱਖਣ ਨੂੰ ਬਹੁਤ ਕੁਝ ਹੈ ਅਗਰ ਤੁਸੀਂ ਸਿਰਫ ਤੇ ਸਿਰਫ ਆਪਣੀ ਫੈਮਿਲੀ ਜਾਂ ਸਵੇਰੇ ਖਾਣਾ ਖਾਣਾ ਤੇ ਰਾਤ ਦਾ ਖਾਣਾ ਖਾਣਾ ਤੇ ਜਾਂ ਗੁਰਦੁਆਰੇ ਜਾਣਾ ਇਸ ਤੋਂ ਬਾਅਦ ਕੁਝ ਨਹੀਂ ਕਰਨਾ ਚਾਹੁੰਦੇ ਤਾਂ ਵੀ ਲਾਈਫ ਹੈ ਜੇ ਤੁਸੀਂ ਬਹੁਤ ਕੁਝ ਸਿੱਖਣਾ ਚਾਹੁੰਦੇ ਜੇ ਤਾਂ ਵੀ ਬਹੁਤ ਥੋੜੀ ਲਾਈਫ ਜੀ ਔਰ ਸਰ ਜੇ ਆਪਾਂ ਤੁਹਾਡੇ ਬਚਪਨ ਦੀ ਗੱਲ ਕਰੀਏ ਤੇ ਬਚਪਨ ਕਿਸ ਤਰ੍ਹਾਂ ਦਾ ਸੀਗਾ ਤੁਹਾਡਾ ਕਿਉਂਕਿ ਹਰ ਇਨਸਾਨ ਦੀ ਜ਼ਿੰਦਗੀ ਦਾ ਸਭ ਤੋਂ ਖੂਬਸੂਰਤ ਟਾਈਮ ਉਸ ਦਾ ਬਚਪਨ ਹੁੰਦਾ ਹਾਂ ਜੀ ਬਚਪਨ ਕੋਈ ਮੇਰਾ ਬਹੁਤਾ ਜਿਆਦਾ ਵਧੀਆ ਨਹੀਂ ਬੀਤਿਆ ਕਿਉਂਕਿ ਮੇਰੇ ਅਸੀਂ ਅੰਮ੍ਰਿਤਸਰ ਤੋਂ ਆਏ ਸੀ 64th ਮੇਰੇ ਫਾਦਰ ਦੀ ਡੈਥ ਹੋ ਗਈ ਸੀ ਤੇ ਬੈਵ ਤੋਂ 10th ਪਾਸ ਕੀਤੀ ਸੀ ਇਸ ਕਰਕੇ ਬਚਪਨ ਕੋਈ ਬਹੁਤ ਜ਼ਿਆਦਾ ਮੈਂ ਹਾਂ ਮੈਂ ਆਪਣੇ ਬੱਚਿਆਂ ਨੂੰ ਬਹੁਤ اچھی ਤਰ੍ਹਾਂ ਪਾਲ ਲਿਆ ਉਹਨਾਂ ਨੂੰ ਪੜਾਇਆ ਔਰ ਇੰਗਲਿਸ਼ ਸਕੂਲਾਂ ਚ ਪੜਾਇਆ ਮੋੜ ਕੇ ਉਹਨਾਂ ਨੂੰ ਤਿੰਨਾਂ ਨੂੰ ਬੋਰਡਿੰਗ ਚ ਪਾਇਆ ਬੇਟੀ ਮੇਰੀ ਸੈਟ ਮੇਰੀ ਦੀ ਪੜ੍ਹੀ ਹੈ ਤੇ ਉਹ ਮੈਂ ਜਿਹੜੀ ਕਿ ਮੇਰੇ ਚ ਕਮੀ ਰਹਿ ਗਈ ਸੀ ਉਹ ਮੈਂ ਬੱਚਾ ਤਾਂ ਪੂਰੀ ਕੋਈ ਇਸ ਤਰ੍ਹਾਂ ਦੀ ਯਾਦ ਕੋਈ ਮੈਮਰੀ ਕਾਲਜ ਲਾਈਫ ਦੀ ਆਪਣੀ ਤੁਸੀਂ ਸ਼ੇਅਰ ਕਰਨੇ ਚਾਹੁੰਦੇ ਹੋ ਸਾਡੇ ਨਾਲ ਥੋੜਾ ਮੈਨੂੰ ਕ੍ਰਿਕਟ ਦਾ ਸ਼ੌਕ ਰਿਹਾ ਹੈ ਜੀ ਮੈਂ ਖੇਡਦਾ ਵੀ ਰਿਹਾ ਜੀ ਪਰ ਮੈਂ ਜਿਸ ਤਰ੍ਹਾਂ ਕਿ ਤੁਹਾਨੂੰ ਅੱਗੇ ਕਿਹਾ ਹ ਹ ਕਿ ਬਚਪਨ ਮਾਪਿਓ ਦੇ ਨਾਲ ਹੀ ਬਹੁਤਾ ਵਧੀਆ ਬੀਤਦਾ ਹੈ ਜੀ ਮੇਰੀ ਛੋਟੀ ਉਮਰ 'ਚ ਮੇਰੇ ਫਾਦਰ ਦੀ ਡੈਥ ਹੋਣ ਕਰਕੇ ਅਸੀਂ ਥੋੜਾ ਮਿਹਨਤ ਵਾਲੇ ਪਾਸੇ ਲੱਗੇ ਰਹੇ ਤੇ ਇਸ ਕਰਕੇ ਕੋਈ ਅਸੀਂ ਇਹੋ ਜੀਆਂ ਚੀਜ਼ਾਂ ਜਿਹੜੀਆਂ ਕਿ ਪੇਰੈਂਟਸ ਨਾਲ ਜਾ ਕੇ ਤੁਸੀਂ ਇੰਜੋਏ ਕਰਦੇ ਜੇ ਉਹ ਬਹੁਤ ਘੱਟ ਕੀਤੀਆਂ ਜਿਵੇਂ ਕਰਕੇ ਮਿਹਨਤ ਵਾਲੇ ਪਾਸੇ ਧਿਆਨ ਜ਼ਿਆਦਾ ਰਿਹਾ ਤੇ ਇੰਜੋਇਮੈਂਟ ਜਿਹੜਾ ਘੱਟ ਹੋਈ ਉਸੇਜ ਦੇ ਵਿੱਚ ਜੀ ਉਸੇਜ ਵਿੱਚ ਤੁਸੀਂ ਕਹਿ ਰਹੇ ਹੋ ਕਿ ਕਾਫੀ ਮਿਹਨਤ ਕਰਨੀ ਪਈ ਔਰ ਤੁਸੀਂ ਉਸ ਮਿਹਨਤ ਨੂੰ ਜਿਹੜਾ ਤੁਸੀਂ ਕਰਕੇ ਵੀ ਦਿਖਾਇਆ ਔਰ ਉਹ ਸਾਰੀ ਪੂਰੀ ਦੁਨੀਆ ਦੇਖ ਰਹੀ ਹੈ ਜੋ ਮਿਹਨਤ ਦਾ ਨਤੀਜਾ ਹੈ ਤੇ ਹੁਣ ਜਦੋਂ ਪਰਿਵਾਰ ਦੇ ਨਾਲ ਬੈਠਦੇ ਹੋ ਫੁਰਸਤ ਦੇ ਲੰਮੇ ਥੋੜੇ ਹੁੰਦੇ ਆ ਤੇ ਉਸ ਵੇਲੇ ਕਿਸ ਤਰ੍ਹਾਂ ਆਪਣਾ ਟਾਈਮ ਨੂੰ ਕੁਆਲਿਟੀ ਟਾਈਮ ਬਣਾਉਣੇ ਹੋ ਜੀ ਜੀ ਐਕਚੁਅਲੀ ਮੇਰੇ ਬੱਚੇ ਦੋਨੇ ਬਾਹਰ ਪੜ੍ਹੇ ਆ ਹਮ ਹ ਉਹ ਕੁਝ ਨਾ ਕੁਝ ਉਹਨਾਂ ਦੇ ਅੱਛੇ ਅੱਛੇ ਦੋਸਤ ਨੇ ਹੂੰ ਔਰ ਤਕਰੀਬਨ 2 3 4 홀ੀਡੇ ਵੀ ਕਰਦੇ ਆ ਮੈਨੂੰ ਵੀ ਕਈ ਵਾਰੀ ਦੁਬਈ ਵੀ ਲੱਗਿਆ ਇੰਗਲੈਂਡ ਮੇਰੀ ਬੇਟੀ ਮੈਰਿਡ ਹੈ ਮੈਂ ਉੱਥੇ ਵੀ ਜਾਣਾ ਜੀ ਤੇ ਡੈਫੀਨੇਟਲੀ ਤੁਸੀਂ ਸਮਝਦੇ ਜੇ ਕਿ ਜਿਹਦੇ ਬੱਚੇ ਸਾਡੇ ਵੈਲ ਕੁਆਲਿਫਾਈਡ ਹੋਣ ਹੂੰ ਹੂੰ ਉਹ ਹਮੇਸ਼ਾ ਹੀ ਚਾਹਦੇ ਆ ਕਿ ਫਾਦਰ ਸਾਡੇ ਨੇ ਬਹੁਤ ਮਿਹਨਤ ਕੀਤੀ ਹੈ ਤੇ ਇਹ ਸੇਜ ਦੇ ਵਿੱਚ ਇਹਨੂੰ ਮੈਕਸਿਮਮ ਸੁੱਖ ਦੇਈਏ ਪਰ ਮੈਂ ਜੋ ਜ਼ਿਆਦਾ ਆਪਣਾ ਸੁੱਖ ਜੜਾ ਹੈ এনਜਾਇਮੈਂਟ ਜ਼ਿਆਦਾ ਕੰਮ ਚ ਅਜ ਵੀ ਲੈਣਾ ਜੀ ਕਿਉਂਕਿ ਮੈਨੂੰ ਥੋੜਾ ਸ਼ੁਰੂ ਤੋਂ ਮਿਹਨਤ ਕਰਨ ਦੀ ਇੱਕ ਮੇਰੀ ਸੋਚ ਰਹੀ ਆ ਮੈਂ ਉਹਦੇ ਤੇ ਹੀ ਜ਼ਿਆਦਾ ਬਿਜ਼ੀ ਰਹਿਣਾ ਵਾਂ ਔਰ ਹਰ ਚੀਜ਼ ਜਿਹੜੀ ਕਿ ਮੈਂ ਸਮਝਦਾ ਕਿ ਮੇਰੀ ਇੱਥੇ ਜ਼ਰੂਰਤ ਹੈ ਮੈਂ ਉੱਥੇ ਜ਼ਿਆਦਾ ਟਾਈਮ ਉੱਤੇ ਤੁਸੀਂ ਦਾ ਟਾਈਮ ਦਿੰਦੇ ਜਿੱਥੇ ਜ਼ਰੂਰਤ ਹੈ ਜਦੋਂ ਪਰਿਵਾਰ ਨੂੰ ਜ਼ਰੂਰਤ ਹੁੰਦੀ ਹੈ ਤਾਂ ਲੱਗਦਾ ਤੁਸੀਂ ਪਰਿਵਾਰ ਦੇ ਨਾਲ ਹੁੰਨੇ ਹੋ ਔਰ ਤੁਸੀਂ ਜਦੋਂ ਐਜ਼ ਅ ਚੇਅਰ ਪਰਸਨ ਆਪਣੇ ਸਟੂਡੈਂਟਸ ਦੇ ਨਾਲ ਹੁੰਨੇ ਹੋ ਔਰ ਕੋਈ ਮੌਕਾ ਮਿਲਦਾ ਹੈ ਇੰਜੋਏ ਕਰਨ ਦਾ ਤੇ ਬੱਚਿਆਂ ਦੇ ਨਾਲ ਆਪਣੇ ਸਟੂਡੈਂਟਸ ਦੇ ਨਾਲ ਤੁਸੀਂ ਕਿਸ ਤਰ੍ਹਾਂ ਇੰਜੋਏ ਕਰਦੇ ਮੈਂ ਸਟੂਡੈਂਟਸ ਦੇ ਵਿੱਚ ਜਾ ਕੇ ਉਹਨਾਂ ਨੂੰ ਵੀ ਗਾਣਾ ਸੁਣਾਉਣਾ ਹਾਂ ਹਾਂ ਔਰ ਉਹਨਾਂ ਨੂੰ ਮੈਂ ਕਈ ਵਾਰੀ ਮੋਟੀਵੇਸ਼ਨ ਕਰਨ ਲਈ ਹਾਂ 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 ਉਹਨੂੰ ਐਂਟਰਪ੍ਰੀਨਿਅਰ ਕਿਸਰਾ ਬੰਨਾ ਹੈ ਤੇ ਮੈਂ ਕਿਸਰਾ ਐਂਟਰਪ੍ਰੀਨਿਅਰ ਬਨਿਆ ਬਨੇ ਜੀ ਉਹਦੇ ਬਾਰੇ ਉਹਨਾਂ ਕੋਲੋਂ ਡਿਫਰੈਂਟ ਤਰ੍ਹਾਂ ਦੇ ਜਿਹੜੇ ਵੀ ਉਹਨਾਂ ਦੇ ਦਿਮਾਗ 'ਚ ਕੋਈ ਕੁਐਸਚਨ ਆਂਦੇ ਆ ਉਹਨਾਂ ਦੇ ਮੈਂ ਆਨਸਰ ਦੇਣਾ ਮੈਂ ਥੋੜੇ ਦਿਨ ਹੀ ਹੋਏ ਆ ਕਿ ਸਭ ਤਰ੍ਹਾਂ ਦੇ ਬੱਚੇ ਸੀਗੇ ਤੇ ਇੱਕ ਬੱਚੇ ਨੇ ਇੱਕ ਮੇਰੇ ਕੋਲੋਂ ਕੁਐਸਚਨ ਪੁੱਛਿਆ ਕਿ ਦੇਖੋ ਜੀ ਮੇਰੇ ਕੋਲ ਪੈਸੇ ਵੀ ਹੈਗੇ ਆ ਤੇ ਮੈਂ ਪਰ ਕੱਲਾ ਕੰਮ ਨਹੀਂ ਕਰ ਸਕਦਾ ਇਹ ਮੈਂ ਅੱਗੇ ਵਧਣਾ ਚਾਹੁੰਦਾ ਹੂੰ ਫਿਰ ਮੈਂ ਉਹਨੂੰ ਸਮਝਾਇਆ ਮੈਂ ਕਿਹਾ ਵੀ ਤੂੰ ਆਪਣਾ 파ਟਨਰ ਪੈਸੇ ਵਾਲਾ ਨਾ ਰੱਖੀ ਟੈਕਨੀਕਲ ਬੰਦਾ ਰੱਖ ਜਿਹੜਾ ਕਿ ਆਪਣਾ 파ਟਨਰ ਜਿਹੜਾ ਕਿ ਤੈਨੂੰ ਪੈਸੇ ਤੇ ਤੇਰੇ ਪੇਰੈਂਟਸ ਕੋ ਬਹੁਤ ਹੈ ਤੇ ਜੇ ਤੂੰ ਅੱਗੇ ਵਧਣਾ ਐਂਟਰਪ੍ਰੀਨਰ ਬੰਨਣਾ ਹੈ ਤੇ ਟੈਕਨੀਕਲ ਆਪਣਾ 파ਟਨਰ ਰੱਖ ਜਿਹਦੇ ਨਾਲ ਤੇਰਾ ਜਿਹੜਾ ਬਿਜ਼ਨਸ ਹੈ ਉਹ ਗੋ ਫਲਰਿਸ਼ ਹੋ ਜਾਏ ਹਾਂਜੀ ਮੈਂ ਇਸ ਤਰ੍ਹਾਂ ਜਿੰਨੇ ਵੀ ਬੱਚੇ ਆਂਦੇ ਆ ਜਾਂ ਜਿਹੜੀਆਂ ਵੀ ਮੈਂ ਕਈ ਵਾਰੀ ਉਹਨਾਂ ਦਾ ਸੈਸ਼ਨ ਲੈਣਾ ਵਾ ਬੱਚਿਆਂ ਦਾ ਤੇ ਇਹੋ ਜਿਹਿਆਂ ਮੈਂ ਉਹਨਾਂ ਨਾਲ ਗੱਲਾਂ ਬਾਤਾਂ ਕਰਦਾ ਰਹਿਣਾ ਜਦੋਂ ਮੈਂ ਆਪਣੇ ਆਪਣਾ ਟੀਚਰਸ ਦੀ ਮੀਟਿੰਗ ਕਰਨਾ ਜਿਹਦੇ ਵਿੱਚ ਮੇਰੇ ਕੋਲ ਤਕਰੀਬਨ 18 ਔਰ 20 ਦੇ ਕਰੀਬ ਡਾਕਟੋਰੇਟ ਵੀ empioyes ਨੇ ਤੇ ਟੋਟਲ ਐਮਪਲੋਇਸ ਤੇ ਜਿਹੜੇ ਟੀਚਿੰਗ ਵਾਲੇ 300 ਤੋਂ ਵੱਧ ਹੈ ਜੀ ਤੇ ਨਾਨ ਟੀਚਿੰਗ ਦੇ ਵਿਭਾਗ ਦੇ ਤੇ 700 ਬੰਦਾ ਵਾ ਜੀ ਜਿਸ ਤਰ੍ਹਾਂ ਸਾਡੇ ਕੋਲ 50 60 ਬੱਸਾਂ ਨੇ ਹੂੰ ਹੂੰ ਤੇ ਮੈਂ ਤਕਰੀਬਨ ਸਾਰਿਆਂ ਨਾਲ ਹੀ ਮੀਟਿੰਗਾਂ ਕਰਦਾ ਰਹਿਣਾ ਤੇ ਜਿਹੋ ਜਿਹਾਂ ਇਨਸਾਨ ਹੁੰਦਾ ਉਹੋ ਜੇ ਉਹਨਾਂ ਨੂੰ ਮੈਂ ਜਵਾਬ ਵੀ ਦੇਣਾ ਤੇ ਮੈਂ ਇੰਜੋਏ ਵੀ ਕਰਦਾ ਜੀ ਮੇਰੀ ਐਕਚੁਅਲੀ ਜਿਹੜੀ ਲਾਈਫ ਹੈ ਉਹ ਇਦਾਂ ਦੀ ਹੈ ਕਿ ਮੈਂ ਜਿਸ ਤਰ੍ਹਾਂ ਜੇਕਰ ਆਪਣੀ ਕਫਲਕਿੱਟੀ ਚਲਾ ਗਿਆ ਉੱਥੇ ਗਾਣੇ ਬੋਲ ਲਏ ਜੇਕਰ ਅਸੀਂ ਡਰਾਈਵਰਜ਼ ਨੂੰ ਮਿਲੇ ਅਸੀਂ ਮੈਂ ਕਈ ਵਾਰੀ ਮੈਂ ਆਪਣੇ ਪੀਨ ਨੂੰ ਵੀ ਆਪਣੇ ਸਾਹਮਣੇ ਬਿਠਾ ਲੈਣਾ ਮੈਨੂੰ ਹਰ ਕੋਈ ਇਨਸਾਨ ਮਿਲ ਸਕਦਾ ਹੈ ਹਰ ਬੱਚਾ ਮਿਲ ਸਕਦਾ ਹੈ ਹਰ ਪੀਨ ਮਿਲ ਸਕਦਾ ਜਿਹੜਾ ਮਰਜੀ ਜਿਸ ਵੇਲੇ ਮਰਜੀ ਮਿਲ ਸਕਦਾ ਮਤਲਬ ਜ਼ਿੰਦਗੀ ਨੂੰ ਬਹੁਤ ਸਰਲ ਤਰੀਕੇ ਦੇ ਨਾਲ ਜੀਣ ਵਿੱਚ ਵਿਸ਼ਵਾਸ ਰੱਖਦੇ ਹਾਂ ਤੁਸੀਂ ਕੋਈ ਬਹੁਤ ਜ਼ਿਆਦਾ ਕੰਪਲਿਕੀਸ਼ਨਸ ਨਹੀਂ ਚਾਹੀਦੀ ਕੰਪਲਿਕੀਸ਼ਨ ਐਕਚੁਅਲੀ ਕੀ ਹੈ ਜਿਹੜੀ ਮੈਂ ਆਪਣੀ ਜ਼ਿੰਦਗੀ ਸ਼ੁਰੂ ਕੀਤੀ ਤੇ ਮੇਰੇ ਕੋਲ 77 ਦੇ ਵਿੱਚ 1000 ਰੁਪਏ ਵੀ ਨਹੀਂ ਸੀ ਅੱਜ ਪਰਮਾਤਮਾ ਦੀ ਕਿਰਪਾ ਨਾਲ ਮੈਂ 500 ਕਰੋੜ ਦਾ ਮਾਲਕ ਹਾਂ ਜੀ ਜੇ ਮੈਂ ਉਸ ਵੇਲੇ ਇਸ ਇਹ ਦਿਨ ਦੇਖਿਆ ਤੇ ਮੈਨੂੰ ਉਹ ਦਿਨ ਭੁੱਲ ਨਹੀਂ ਚਾਹੀਦੇ ਕਿ ਗਰੀਬ ਆਦਮੀ ਜੇਕਰ ਮੇਰੇ ਨਾਲ ਡਿਸਕਸ ਕਰਕੇ ਗੱਲਬਾਤ ਕਰਕੇ ਜੇ ਉਹ ਸੈਟੀਸਫਾਈਡ ਹੈ ਤੇ ਮੈਨੂੰ ਉਹਨੂੰ ਟਾਈਮ ਦੇਣਾ ਚਾਹੀਦਾ ਜੀ ਇਸੇ ਤਰ੍ਹਾਂ ਮੈਂ ਹਰ ਬੱਚੇ ਦਾ ਮੈਂ ਆਪਣਾ ਫੋਨ ਨੰਬਰ ਟੋਟਲ ਆਪਣੇ ਕੈਂਪਸ ਦੇ ਵਿੱਚ ਦੋਨੇ ਕੈਂਪਸਿਸ ਦੇ ਵਿੱਚ ਹਰ ਨੋਟਿਸ ਬੋਰਡ ਤੇ ਲਾਇਆ ਆ ਹਰ ਬੱਚਾ ਮੈਨੂੰ ਫੋਨ ਕਰ ਸਕਦਾ ਹੈ ਹਰ ਟੀਚਰ ਕਰ ਸਕਦਾ ਜਿਹੜੇ ਵੇਲੇ ਮਰਜ਼ੀ ਕਰ ਸਕਦਾ ਬਹੁਤ ਖੂਬ ਬਹੁਤ ਖੂਬ ਅਰ ਜਿਸ ਤਰ੍ਹਾਂ ਤੁਸੀਂ ਹੁਣੇ ਇੱਕ ਛੋਟੀ ਜੀ ਗੱਲ ਸਾਨੂੰ ਸ਼ੇਅਰ ਕੀਤੀ ਬਹੁਤ ਵੱਡਾ ਮੈਸੇਜ ਦੇ ਗਈ ਉਹ ਗੱਲ ਕਿ ਤੁਸੀਂ ਜਦੋਂ ਸ਼ੁਰੂਆਤ ਕੀਤੀ ਸੀਗੀ ਤੇ 1000 ਰੁਪਏ ਤੋਂ ਤੁਸੀਂ ਸ਼ੁਰੂਆਤ ਕੀਤੀ ਔਰ ਅੱਜ ਸਾਰੀ ਦੁਨੀਆ ਦੇਖ ਸਕਦੀ ਹੈ ਆਪਾਂ ਕਿੱਥੇ ਪਹੁੰਚੇ ਹੋਏ ਆ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਤੁਹਾਡੇ ਵਰਗੇ ਜੋ ਜਿਸ ਟਾਈਮ ਉਸ ਟਾਈਮ ਤੇ ਜਿਸ ਸਿਚੁਏਸ਼ਨ ਤੇ ਤੁਸੀਂ ਖੜੇ ਸੀ ਨੌਜਵਾਨ ਜਿਹੜੇ ਅੱਜ ਕੁਝ ਬੰਨਣਾ ਚਾਹੁੰਦੇ ਕਰਨਾ ਚਾਹੁੰਦੇ ਬਟ ਫਾਈਨੈਂਸਸ ਦੀ ਕਮੀ ਹੈ ਜਾਂ ਉਹਨਾਂ ਨੂੰ ਲੱਗਦਾ ਹੈ ਕਿ ਗਾਈਡੈਂਸ ਨਹੀਂ ਪ੍ਰੋਪਰ ਮਿਲ ਰਹੀ ਤੇ ਤੁਸੀਂ ਉਹਨਾਂ ਲੋਕਾਂ ਦੀ ਉਹਨਾਂ ਨੌਜਵਾਨਾਂ ਦੀ ਉਹਨਾਂ ਪਰਿਵਾਰਾਂ ਦੀ ਹੈਲਪ ਤੁਸੀਂ ਕਰਨ ਦੇ ਲਈ ਅੱਗੇ ਆਉਣੇ ਹੋ ਜਾਂ ਸੋਸ਼ਲ ਸਰਵਿਸ ਦੇ ਵਿੱਚ ਤੁਸੀਂ ਉੱਚ ਐਕਟਿਵਲੀ ਜੇ ਕਹਿੰਦੇ ਹਾਂ ਮੈਂ ਇੱਕ ਚੀਜ਼ ਤੁਹਾਡੇ ਨਾਲ ਤੁਸੀਂ ਜੋ ਕਹਿਣਾ ਚਾਹੁੰਦੇ ਜੇ ਮੈਂ ਪੂਰਾ ਸਮਝ ਰਿਹਾ ਜੀ ਇਹਦੇ ਵਿੱਚ ਜਿਹੜੀ ਕਿ ਮੈਂ ਤੁਹਾਨੂੰ ਪਹਿਲੇ ਵੀ ਕਿਹਾ ਕਿ ਇੱਕ ਤੇ ਡੈਸਟ ਨਹੀਂ ਹੈ ਮਿਹਨਤੇ ਬਹੁਤ ਲੋ ਕਰਦੇ ਆ ਬਿਲਕੁਲ ਬਿਲਕੁਲ ਮੈਂ ਆਪਣੀ ਲਾਈਫ ਨੂੰ ਤੇ ਇਸ ਪਾਸੇ ਗਿੰਦਾ ਕਿ ਮੇਰੀ ਕਿਸਮਤ ਅੱਛੀ ਸੀ ਹੂੰ ਹੂੰ ਮਿਹਨਤੇ ਹੋਰ ਵੀ ਮੇਰੇ ਨਾਲ ਲੋਕਾਂ ਨੇ ਕੀਤੀ ਬਿਲਕੁਲ ਬਿਲਕੁਲ ਹੁਣ ਜਿਹੜੀ ਤੁਸੀਂ ਗੱਲ ਕਹਿ ਰਹੇ ਜੇ ਕੁਝ ਜਿਹੜੇ ਬੱਚੇ ਸਾਡੇ ਪੜਦੇ ਵੀ ਆ ਹੂੰ ਉਹਨਾਂ ਦੇ ਪੇਰੈਂਟਸ ਦੀ ਸੋਚ ਵਿੱਚ ਤੇ ਬੱਚੇ ਦੀ ਸੋਚ ਹੂੰ ਜਿਹੜੀਆਂ ਕਿ ਸਾਨੂੰ ਕੁਝ ਚੇਂਜਸ ਲੈਣੀਆਂ ਚਾਹੀਦੀਆਂ ਹੂੰ ਜਿਸ ਤਰ੍ਹਾਂ ਬੱਚੇ ਸਾਡੇ ਕੋਲ ਪੜ ਰਿਹਾ ਹੂੰ ਪੇਰੈਂਟਸ ਆਂਦਾ ਬੱਚੇ ਦੀ ਰੀਪੇਅਰ ਆਈ ਹੁੰਦੀ ਆ ਹੂੰ ਨਾ ਲਾ ਕੇ ਵੀ ਕਹਿੰਦਾ ਦੇਖੋ ਜੀ ਜੋ ਨਾ ਵੀ ਪੜਿਆ ਇਹਨੂੰ ਮੈਂ ਬਾਹਰ ਤੇ ਭੇਜੀ ਦੇਣਾ ਹੂੰ ਇਹਦਾ ਚਾਚਾ ਫਲਾਣੇ ਸਾਨ ਚ ਗਿਆ ਸੀ ਉਹਨੇ ਉੱਥੇ ਬੜੇ ਪੈਸੇ ਕਮਾ ਲਏ ਹੂੰ ਹੁਣ ਜਿਸ ਬੱਚੇ ਨੂੰ ਤੁਸੀਂ ਇਹ ਗੱਲ ਸਮਝਾ ਰਹੇ ਜੇ ਕਿ ਮੈਂ ਤੈਨੂੰ ਬਾਹਰ ਭੇਜ ਦੇਣਾ ਉਹ ਬੱਚਾ ਕਿੱਥੋਂ ਪੜੇਗਾ ਬਿਲਕੁਲ ਸਾਨੂੰ ਪੇਰੈਂਟਸ ਨੂੰ ਜਿਨ੍ਹਾਂ ਦੇ ਵੀ ਇੱਥੇ ਸਾਡੇ ਕਾਲਜਾਂ ਸਕੂਲਾਂ 'ਚ ਪੜ ਰਹੇ ਨੇ ਇਹੋ ਜਿਹਾ ਕੋਈ ਮੈਸੇਜ ਨਹੀਂ ਦੇਣਾ ਚਾਹੀਦਾ ਵੀ ਮੈਂ ਤੈਨੂੰ ਆਪਣੇ ਬਿਜ਼ਨਸ 'ਚ ਲਾ ਗਾ ਲੈਣਾ ਜਾਂ ਮੈਂ ਤੈਨੂੰ ਫੋਰਨ ਭੇਜ ਦੇਣਾ ਜਾਂ ਸਾਡੇ ਕੋਲ ਪੈਸਾ ਬਹੁਤ ਹੈ ਤੈਨੂੰ ਕੋਈ ਪਰਵਾਹ ਨਹੀਂ ਉਹ ਬੱਚਾ ਜਿਹੜਾ ਵਾ ਉਹ ਬਹੁਤ ਜੀਤੀ ਇਸ ਚੀਜ਼ ਨੂੰ ਗ੍ਰੈਬ ਕਰਦਾ ਔਰ ਜਦੋਂ ਉਹ ਨੂੰ ਪਤਾ ਲੱਗਦਾ ਕਿ ਮੇਰੇ ਪੇਰੈਂਟਸ ਕੋ ਪੈਸਾ ਬਹੁਤ ਹੈ ਉਹ ਪੈਸੇ ਵਾਲਾ ਬੰਦਾ ਤੇ ਵੈਸੇ ਨਹੀਂ ਪੜਦਾ ਹਮ ਜਿਹੜਾ ਤੇ ਜਾ ਤੇ ਪੇਰੈਂਟਸ ਜਿਹੜੇ ਪੜੇ ਲਿਖੇ ਨੇ ਹਮ ਉਹ ਜ਼ਰੂਰ ਆਪਣੇ ਬੱਚੇ ਨੂੰ ਕਿਸੇ ਵੀ ਤਰ੍ਹਾਂ ਪੜਾਉਂਦੇ ਨੇ ਹਮ ਕਈ ਲੋਕ ਬਹੁਤ ਜ਼ਿਆਦਾ ਪੜੇ ਲਿਖੇ ਨਹੀਂ ਪਰ ਪੈਸਾ ਹੈ ਹਮ ਹਮ ਉਹਨਾਂ ਨੂੰ ਇਹ ਹੁੰਦਾ ਹੈ ਕਿ ਮੇਰੇ ਨਾਲ ਮੇਰਾ ਬੇਟਾ ਲੱਗ ਜਾਏਗਾ ਪਹਿਲੇ ਬੀਟਾ ਕਰ ਲਵੇ ਜਾਂ ਐਮਬੀਏ ਕਰ ਲਵੇ ਉਹ ਵੀ ਗਰਥ ਗੱਲ ਹੈ ਜੇ ਉਹਨੂੰ ਤੁਸੀਂ এডਿਕੇਸ਼ਨ ਚ ਪਾਇਆ ਤੇ ਉਹਨੂੰ ਪ੍ਰੋਪਰ এডਿਕੇਸ਼ਨ ਦਿਵਾਣੀ ਚਾਹੀਦੀ ਹੈ ਤੁਸੀਂ ਕੰਮ ਚ ਲਗਵਾਉਣਾ ਜਾਂ ਬਾਹਰ ਭੇਜਣਾ ਇਹ ਬਾਅਦ ਵਾਲੀ ਗੱਲ ਹੈ ਬੱਚੇ ਨੂੰ ਇਹ ਕਦੀ ਨਾ ਮੈਸੇਜ ਦੇਵੇ ਕਿ ਮੈਂ ਤੁਹਾਨੂੰ ਕਾਰੋਬਾਰ ਚ ਲਾ ਲਾਂ ਨਾ ਜਾਂ ਤੁਹਾਨੂੰ ਮੈਂ ਬਾਹਰ ਸੈਟਲ ਕਰ ਦੇਣਾ ਇਹ ਬਹੁਤ ਵੱਡੀ ਭੁੱਲ ਹੈ ਬਿਲਕੁਲ ਬਿਲਕੁਲ ਕਿਉਂਕਿ ਮਿਹਨਤ ਤੇ ਉੱਤੇ ਉਹਨਾਂ ਨੂੰ ਵਿਸ਼ਵਾਸ ਨਹੀਂ ਉਹਦੇ ਦੇ ਦਿਮਾਗ ਚ ਅੱਛਾ ਇੱਕ ਮੈਂ ਹੋਰੇ ਥੇ ਦੱਸਣਾ ਚਾਹਾਂਗਾ ਪੇਰੈਂਟਸ ਨੂੰ ਕਈ ਵਾਰੀ ਅਸੀਂ ਛੋਟੇ ਬੱਚੇ ਨੂੰ 5ਵੀਂ 7ਵੀਂ ਚ ਪੜਦਾ ਹੁੰਦਾ ਉਹਦੇ ਨੰਬਰ ਘਟ ਜਾਂਦੇ ਆ ਫੇਲ ਹੋ ਜਾਂਦਾ ਅਸੀਂ ਪੈਸੇ ਪੁਸੇ ਦੇ ਕੇ ਨਾ ਕਿਸੇ ਤਰ੍ਹਾਂ ਸਕੂਲ ਚੋਂ ਪਾਸ ਕਰਾ ਲੰਨੇ ਆ ਫਿਰ ਉਹਦਾ ਸਕੂਲ ਚੇਂਜ ਕਰਾ ਲੰਨੇ ਆ ਫਿਰ ਉਥੇ ਦੋ ਕਲਾਸਾਂ ਉਥੇ ਕਰਾਈਆਂ ਝੂਠ ਛੱਡ ਬੋਲ ਕੇ ਉਥੇ ਵੀ ਪੈਸੇ ਦਿੱਤੇ ਫਿਰ ਹੋਰ ਕਲਾਸ ਬਦਲ ਲਈ ਸਕੂਲ ਬਦਲ ਲਿਆ ਉਹ ਫਿਰ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਸੀਂ ਸਕੂਲ ਹੀ ਬਦਲਦੇ ਰਹ ਜਾਂਦੇ ਜੇ ਬੱਚਾ ਹੱਥੋਂ ਨਿਕਲ ਜਾਂਦਾ ਬਿਲਕੁਲ ਮਤਲਬ ਤੁਸੀਂ ਇਹੀ ਮੈਸੇਜ ਪੇਰੈਂਟਸ ਨੂੰ ਇਹ ਨਹੀਂ ਹੋਣਾ ਚਾਹੀਦਾ ਕਿ ਮੇਰੇ ਪੇਰੈਂਟਸ ਦੀ ਇਨੀਕ ਪਹੁੰਚ ਆ ਗਈ ਆ ਕਿ ਤੁਹਾਨੂੰ ਪਾਸ ਕਰਾ ਸਕੇ ਤੁਸੀਂ ਉਹਨੂੰ ਅਗਰ ਫੇਲ ਹੋ ਰਿਹਾ ਤੇ ਫੇਲ ਹੋਣ ਦੇਣਾ ਚਾਹੀਦਾ ਹੈ ਚੀਟਿੰਗ ਨਾਲ ਨੰਬਰ ਦਿਵਾਣੇ ਜਾਂ ਪਾਸ ਕਰਾਣਾ ਤੇ ਸਕੂਲ ਚੇਂਜ ਕਰਨਾ ਬਹੁਤ ਮਾੜੀ ਗੱਲ ਹੈ ਇਹ ਪੇਰੈਂਟਸ ਨੂੰ ਮੇਰੀ ਇੱਕ ਐਡਵਾਈਸ ਹੈ ਕਿ ਇਸ ਪਾਸੇ ਬਿਲਕੁਲ ਨਾ ਪਹੋ ਬੇਸ਼ੱਕ ਪੇਰੈਂਟਸ ਡਰਦੇ ਆ ਅਖਬਾਰ ਦੀਆਂ ਖਬਰਾਂ ਤੋਂ ਫੁਲਾਣੇ ਬੱਚੇ ਨੇ ਸੁਸਾਇਸਾਈਡ ਕਰ ਲਿਆ ਉਹਦੇ ਕੋ ਡਰਦੇ ਬੱਚੇ ਦੀਆਂ ਹਰ ਗੱਲਾਂ ਮਾੜੀਆਂ ਚੰਗੀਆਂ ਸੁਣ ਕੇ ਔਰ ਉਹਦੇ ਮੁਤਾਬਕ ਚਲਦੇ ਆ ਬੱਚੇ ਮੁਤਾਬਕ ਮੁੜ ਕੇ ਬਚਾਤ ਹੋ ਨਿਕਲ ਜਾਂਦਾ ਇਸ ਤੋਂ ਬਚਣਾ ਚਾਹੀਦਾ ਬਿਲਕੁਲ ਮੈਸੇਜ ਤੁਸੀਂ ਇਹੀ ਦੇਣਾ ਚਾਹੁੰਦੇ ਹੋ ਕਿ ਅਸੀਂ ਆਪਣੇ ਬੱਚਿਆਂ ਨੂੰ ਬਚਪਨ ਤੋਂ ਹੀ ਮਿਹਨਤ ਤੇ ਜਿਹੜਾ ਹੈ ਕਰਨੀ ਸਿਖਾਈਏ ਮਿਹਨਤ ਤੇ ਵਿਸ਼ਵਾਸ ਉਹਨਾਂ ਦਾ ਪੜ ਕੇ ਪਾਸ ਹੋਣਾ ਕਰਾਈਏ ਜੀ ਔਰ ਮਿਹਨਤ ਨਾਲ ਪਾਸ ਹੋਣਾ ਸਿਖਾਈਏ ਜੀ ਔਰ ਇਮਾਨਦਾਰੀ ਦੇ ਨਾਲ ਜ਼ਿੰਦਗੀ ਨੂੰ ਜੀਣ ਦਾ ਜਿਹੜਾ ਸਵਾਦ ਹੈ ਉਹ ਕੁਝ ਹੋਰ ਹੀ ਹੁੰਦਾ ਹੈ ਤੇ ਬਸ ਇਹ ਗੱਲਾਂ ਤੁਹਾਡੇ ਨਾਲ ਕਰ ਲਿਆ ਹੁਣ ਥੋੜੇ ਜਿਹਾ ਲਾਈਟਰ ਨੋਟ ਤੇ ਆਨੇ ਆ ਇੱਕ ਰੈਪਿਡ ਫਾਇਰ ਰਾਉਂਡ ਖੇਲਦੇ ਹਾਂ ਤੁਹਾਡੇ ਨਾਲ ਤੁਹਾਨੂੰ ਕੁਇਕ ਕੁਐਸਚਨਸ ਪੁੱਛਾਂਗੇ ਉਹਦੇ ਫਟਾਫਟ ਤੁਸੀਂ ਆਨਸਰਸ ਦੇਣੇ ਆ ਜਿੱਦੋਂ ਕਿ ਜਿਹਦੇ ਨਾਲ ਸਾਨੂੰ ਪਤਾ ਚੱਲੇਗਾ ਕਿ ਤੁਹਾਡੇ ਟੇਸਟ ਕਿਸ ਤਰ੍ਹਾਂ ਦਾ ਹੈ ਚੀ बहुत ही मुश्किल क्वेश्चन ना पूछना बहुत ही बहुत ही इजी इजी जे क्वेश्चन है जेले की तड़े फिर मैं तन्नू तो एक छोटा सा गाना और भी सुनावा क्या बात है वो वो ऐसी क्वेश्चन द पार्ट है जेडी गेम आप खेलने लगे ओदा ही पार्ट है पहला मेरा सबसे पहला क्वेश्चन है ये तुम्हारी फेवरेट डिश के लिए मैं वैसे बस सर एक वर्ड आंसर क्योंकि ये गेम है एदे विच एक एक वर्ड विच आंसर फेवरेट तुम्हारी डिश के लिए देखो गल है कई बारी ना ए, मैं चीज आते ना कई बहुत ज्यादा ना मैं फसी नहीं है खान पीन जी ते मैं कुछ भी चीज मिल जावे मैं खा लन ओ क्या बात है फेवरेट गेम केडी है तुम्हारी क्रिकेट फेवरेट राइटर कौन है खुशवंत सिंह क्या बात है और फेवरेट सिंगर मोहम्मद रफी ओके हुन तुम्हारा फेवरेट सॉन्ग जरा तुसी क्या सी कुछ लाइनल सुना के तुसी सुनाओगे मैं ताईओ इस तरह क्या सी गेम नहीं पार्ट है फेवरेट सॉन्ग क्या रहता था अभी ना जाओ छोड़ छोड़कर के दिल अभी भरा नहीं अभी ना जाओ छोड़कर के दिल अभी भरा नहीं अभी अभी तो आई हो बहार बन के छाई हो हवा जरा महक तो ले फिजा जरा बहक तो ले ये शाम ढल तो ले जरा ये शाम ढल तो ले जरा ये वक्त थम तो ले जरा मैं थोड़ी देर जी तो लूँ नशे के घू टुपी तोलूँ अभी तो कुछ कहा नहीं अभी तो कुछ सुना नहीं अभी ना जाओ छोड़ कर के दिल अभी भरा नहीं ਕਿਆ ਬਾਤ ਹੈ ਬਹੁਤ ਖੂਬ ਆ ਸਾਡਾ ਦਿਲ ਨਹੀਂ ਪੜਿਆ ਤੁਹਾਡਾ ਗਾਣਾ ਸੁਣ ਕੇ ਬਹੁਤ ਖੂਬਸੂਰਤ ਤਸੀ ਤਰੀਕੇ ਦੇ ਨਾਲ ਗਾਣਾ ਗਾਇਆ ਤੁਸੀਂ ਫੇਵਰਿਟ ਸਿੰਗਰ ਮੁਹੰਮਦ ਰਫੀ ਜੀ ਨੂੰ ਦੱਸਿਆ ਉਹ ਤੁਹਾਡੇ ਫੇਵਰਿਟ ਕਿਉਂ ਨੇ ਐਕਚੁਅਲੀ ਇਹ ਬੜਾ ਮੁਸ਼ਕਲ ਹੈ ਕਹਿਣਾ ਕਿ ਉਹ ਕਿਉਂ ਹੈ ਕਿਉਂਕਿ ਜਦੋਂ ਕੋਈ ਚੀਜ਼ ਤੁਹਾਨੂੰ ਕੋਈ ਅੱਛੀ ਲੱਗਣ ਲੱਗ ਪੈਂਦੀ ਹੈ ਤੁਸੀਂ ਉਹਨੂੰ ਪ੍ਰੋਪਰ ਦੱਸ ਨਹੀਂ ਸਕਦੇ ਕਿ ਮੈਨੂੰ ਕਿਉਂ ਫਿਰ ਤੁਹਾਨੂੰ ਹਰ ਜਗ੍ਹਾ ਤੋਂ ਹੀ ਅੱਛੀ ਲੱਗਦੀ ਹੈ ਫਿਰ ਤੁਸੀਂ ਇੰਜੋਏ ਕਰਦੇ ਜੀ ਜੀ ਆਰ ਤੁਸੀਂ ਇੰਜੋਏ ਕਰਦੇ ਹੋ ਉਹਨਾਂ ਦੇ ਸੌਂਗਸ ਨੂੰ ਮੈਂ ਬਹੁਤ ਇੰਜੋਏ ਕਰਦਾ ਸਭ ਤੋਂ ਪਹਿਲਾਂ ਮੈਂ ਫੇਵਰਿਟ ਡਿਸ਼ ਪੁੱਛੀ ਸੀ ਤੁਸੀਂ ਉਦੋਂ ਬੜਾ ਗੋਲਮੋਲ ਆਨਸਰ ਦਿੱਤਾ ਸੀ ਹੁਣ ਤੜਾ ਸੋਚ ਦਾ ਟਾਈਮ ਮਿਲ ਗਿਆ ਔਰ ਹੁਣ ਤੁਸੀਂ ਉਹਨੂੰ ਆਪਣੀ ਫੇਵਰਿਟ ਡਿਸ਼ ਦੱਸੋ ਕਿ ਤੁਹਾਡਾ ਫੇਵਰਿਟ ਫੂਡ ਕਿਹੜਾ ਹੈ ਉਹ ਮੈਂ ਜਿਹੜੀ ਆਪਣਾ ਖੀਰ ਹੈ ਨਾ ਉਹ ਬਹੁਤ ਟੇਸਟਫੁਲ ਹੁੰਦਾ ਹੈ ਉਹ ਵਿੱਚ ਖੀਰ ਦਾ ਸਵਾਦ ਆ ਗਿਆ ਠੀਕ ਹੈ ਫੇਵਰਿਟ ਪਲੇਸ ਤੁਹਾਡੀ ਵਿਜ਼ਿਟ ਕਿਹੜੀ ਜਗ੍ਹਾ ਨੂੰ ਕਰਨਾ ਚਾਹੁੰਦੇ ਹੋ ਉਹ ਮੈਂ ਕਸੌਲੀ ਦੇ ਨਾਲ ਜਗਾ ਗਈ ਆ ਉੱਥੇ ਅਸੀਂ ਬਹੁਤ ਜਾਣਦੇ ਆ ਹਾਂਜੀ ਕਿਉਂਕਿ ਕਸੌਲੀ ਮੇਰਾ ਨਾ ਬੇਟਾ ਜਿਹੜਾ ਉੱਥੇ ਪੜਿਆ ਨਾ ਸਨਾਰ ਦੇ ਵਿੱਚ ਉੱਥੇ ਉਹਨਾਂ ਹਰ ਸਾਲ ਜਿਹੜਾ ਫਾਊਂਡਰਸ ਡੇ ਮਨਾਉਂਦੇ ਆ ਤੇ ਤਿੰਨ ਦਿਨ ਦਾ ਉਹ ਹੁੰਦਾ ਵਾ ਉੱਥੇ ਮੈਂ ਬੇਟੇ ਦੇ ਨਾਲ ਜਾਂਦਾ ਤੁਸੀਂ ਮੈਨੂੰ ਦੱਸਿਆ ਕਿ ਫੇਵਰਿਟ ਡਿਸ਼ ਜਿਹੜੀ ਹੈ ਉਹ ਖੀਰ ਹੈ ਹੈਨਾ ਔਰ ਜ਼ਰੂਰੀ ਹੈ ਕਿ ਉਹ ਖੀਰ ਮੈਡਮ ਹੋਰਾ ਵੱਲੋਂ ਬਣਾਈ ਗਈ ਹੋਵੇ ਜਾਂ ਘਰ ਦੇ ਵਿੱਚ ਕਈ ਵਾਰੀ ਤੁਸੀਂ ਵੀ ਟਰਾਈ ਕਰਦੇ ਹੋਵੋ ਕਿ ਨਹੀਂ ਅੱਜ ਮੇਰਾ ਮਨ ਹੈ ਮੈਂ ਥੋੜਾ ਕੁਕਿੰਗ ਕਰਾਂ ਕੁਕਿੰਗ ਮੈਂ ਨਾ ਪਹਿਲੇ ਕਰਦਾ ਰਿਆ ਹਾਂ 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 ਪਰ ਹੁਣ ਬਹੁਤ ਦੇਰ ਤੋਂ ਨਹੀਂ ਮੈਂ ਕੀਤੀ ਪਹਿਲੇ ਮੈਂ ਕੁਝ ਨਾ ਕੁਝ ਆ ਬਣਾ ਲੈਂਦਾ ਸੀਗਾ ਪਰ ਹੁਣ ਜਦੋਂ ਤੋਂ ਸਰਵੈਂਟਸ ਆ ਗਏ ਆ ਘਰਾਂ ਚ ਹੁਣ ਬਹੁਤ ਦੇਰ ਹੋ ਗਈ ਐਨੇ ਕੀਤੀ ਕੋਈ ਜੀ ਔਰ ਜਦੋਂ ਤੁਸੀਂ ਬਣਾਉਂਦੇ ਸੀ ਤੁਹਾਡੀ ਸਪੈਸ਼ialਟੀ ਕੀ ਸੀ ਸਭ ਤੋਂ ਜ਼ਿਆਦਾ ਟੇਸਟੀ ਕੀ ਬਣਾਉਣਾ ਸੀਗਾ ਹਾਫ ਫਰਾਈ ਅੰਡਾ ਆ ਬਣਾਉਂਦਾ ਸ਼ਕੀਨ ਸੀ ਜੀ ਤੇ ਚਾਹ ਮੈਂ ਆ ਬਣਾਉਂਦਾ ਹੁੰਦਾ ਸੀ ਆ ਤੇ ਮੈਨੂੰ ਆਦਤ ਸੀ ਕਿ ਚਾਹ ਬਣਾ ਕੇ ਪੀਣੀ ਤੇ ਟੋਸਟ ਵੀ ਆਪ ਹੀ ਕਰਨਾ ਤੇ ਫਿਰ ਮੈਂ ਉਹਨੂੰ ਆਪ ਹੀ ਉਸੇ ਤਰ੍ਹਾਂ ਹਾਫ ਫਰਾਈ ਅੰਡੇ ਨੂੰ ਖਾਂਦਾ ਸੀ ਨਾ ਕੀ ਬਾਤ ਹੈ ਮਤਲਬ ਕਾਫੀ ਸਾਰੇ ਗੱਲਾਂ ਜੜੀਆਂ ਕਿ ਨਹੀਂ ਪਤਾ ਤੁਹਾਡੇ ਜਿਹੜੇ ਆਲੇ ਦੁਆਲੇ ਲੋਕ ਰਹਿੰਦੇ ਆ ਜਾਂ ਤੁਹਾਡੇ ਸਟੂਡੈਂਟਸ ਜਿਨ੍ਹਾਂ ਨੂੰ ਅੱਜ ਪ੍ਰੋਗਰਾਮ ਦੇ ਰਾਹੀਂ ਪਤਾ ਚੱਲ ਗਿਆ ਇਹ ਗੱਲ ਹੈ ਨਾ ਸਰ ਠੀਕ ਹੈ ਜੀ ਅੱਛਾ ਘਰ ਦੇ ਵਿੱਚ ਜਦੋਂ ਮੈਡਮ ਔਰ ਤੁਸੀਂ ਹੁੰਨੇ ਹੋ ਫਰਸਤ ਦੇ ਲੰਮਿਆਂ ਦੇ ਵਿੱਚ ਆਰਾਮ ਨਾਲ ਬੈਠੇ ਹੁੰਨੇ ਹੋ ਤੇ ਉਸ ਵੇਲੇ ਕਿਹੜੀ ਇਸ ਤਰ੍ਹਾਂ ਦੀ ਚੀਜ਼ ਹੈ ਜਿਹਦੇ ਨਾਲ ਤੁਸੀਂ ਲੋਕ ਟਾਈਮ ਸਪੈਂਡ ਕਰਨਾ ਜ਼ਿਆਦਾ ਪਸੰਦ ਕਰਦੇ ਹੋ ਗੱਲਾਂ ਬਾਤਾਂ ਹੁੰਦੀਆਂ ਜਾਂ ਅੰਤਖੜੀ ਖੇលਦੇ ਹੋ ਜਾਂ ਕੋਈ ਹੋਰ ਇਸ ਤਰ੍ਹਾਂ ਦੀ ਚੀਜ਼ ਛੋਟੀ ਡਾਟਰ ਹੈ ਮਤਲਬ ਗ੍ਰੈਂਡ ਡਾਟਰ ਹੈ ਉਹ ਮੇਰੇ ਨਾਲ ਲੁੱਡੋ ਵਗੈਰਾ ਖੇਲਦੀ ਹੈ ਤੇ ਉਹ ਜਿੱਤ ਕੇ ਖੁਸ਼ ਰਹਿੰਦੀ ਹੈ ਨਹੀਂ ਤੇ ਹਾਰ ਜਾਵੇ ਤੇ ਰੋਂਦੀ ਹੈ ਤੁਸੀਂ ਜਿਤਾ ਦਿੰਦੇ ਹੋ ਨਹੀਂ ਉਹ ਜਿੱਤ ਵੀ ਜਾਂਦੀ ਹੈ ਅਸੀਂ ਚਾਹਦੇ ਵੀ ਉਹ ਜਿੱਤ ਜਾਵੇ ਹਾਂਜੀ ਤੇ ਬਹੁਤ ਨੋਟੀ ਹੈ ਬਹੁਤ ਵਧੀਆ ਇੰਗਲਿਸ਼ ਬੋਲਦੀ ਹੈ ਉਹ ਜਾਣਦੀ ਹੈ ਸਾਰਿਆਂ ਨੂੰ ਇੰਗਲਿਸ਼ ਸਿਖਾ ਕੇ ਆਂਦੀ ਹੈ ਆਪਣੇ ਜਦੋਂ ਨਾਨਕੇ ਜਾਂਦੀ ਹੈ ਸਾਡੇ ਵੀ ਘਰ ਚ ਉਹਨੂੰ ਮੇਰੀ ਜਿਹੜੀ ਡਾਕਟਰ ਇਨਲਾਵ ਹੈ ਉਹਨੇ ਬਹੁਤ ਵਧੀਆ ਉਹਨੂੰ ਇੰਗਲਿਸ਼ ਸਿਖਾਈ ਹੈ ਤੇ ਹੁਣ ਕਾਲਵਰ ਸਕੂਲ ਪੜ੍ਹਦੀ ਹੈ ਬਾਜਵਦੇ ਗੱਲ ਹੈ ਤੁਸੀਂ ਡਾਕਟਰ ਇਨਲਾਵ ਦੀ ਆਪਣੀ ਗ੍ਰੈਂਡ ਡਾਟਰ ਦੀ ਗੱਲ ਕਰ ਰਹੇ ਡਾਕਟਰ ਇਨਲਾਵ ਦੀ ਬਟ ਜਿਹੜਾ ਮੇਰਾ ਕੁਐਸਚਨ ਸੀ ਹੋਸੀ ਮੈਡਮ ਦੇ ਨਾਲ ਜਦੋਂ ਤੁਸੀਂ ਹੁੰਦੇ ਹੋ ਉਦੋਂ ਟਾਈਮ ਕਿਸ ਤਰ੍ਹਾਂ ਸਪੈਂਡ ਹੁੰਦਾ ਮੈਂ ਉਹਦੇ ਨਾਲ ਕਈ ਵਾਰੀ ਅਸੀਂ ਜਿਹੜੇ ਘਰ ਸਾਡੇ ਫੰਕਸ਼ਨ ਹੁੰਦੇ ਨੇ ਨਾ ਕਾਲਜ ਤੇ ਉੱਥੇ ਮੈਂ ਇਹ ਦੋ ਚੰਨ ਗਾਣੇ ਵੀ ਬੋਲਦਾ ਮੈਂ ਉਹਨੂੰ ਲੈ ਕੇ ਡਾਂਸ ਵੀ ਕਰੀਦਾ ਉੱਥੇ ਸਟੇਜ ਦੇ ਉੱਤੇ ਸਭ ਦੋਨੋਂ ਇਕੱਠੇ ਵੀ ਗਾਉਂਦੇ ਹੋਵਾਂਗੇ ਕਦੀ ਕਿ ਮੈਡਮ ਆਪਣਾ ਸਟੈਂਜਾ ਗਾ ਰਹੀ ਸੀ ਮੈਡਮ ਦੋਚਰਵਾਰੀ ਗਾਇਆ ਹੈ ਪਰ ਉਹ ਇਹ ਗਾਣੇ ਕੋਣੇ ਅੰਦਰ ਪ੍ਰੈਕਟਿਸ ਦੇ ਨਾਲ ਮੈਂ ਉਹਨੂੰ ਸਮਝਾਂਦਾ ਵੀ ਰਹਿਣਾ ਸਾਡੇ ਹੋਮ تھیਟਰ ਵੀ ਹੈਗਾ ਪਰ ਉਹ ਬਹੁਤਾ ਜਿਆਦਾ ਇੰਟਰਸਟ ਨਹੀਂ ਲੈਂਦੀ ਉਹਨੂੰ ਉਹਨੂੰ ਬਹੁਤਾ ਸ਼ਹਿਰ ਦਾ ਤੇ ਡਾਂਸ ਦਾ ਸ਼ੌਕ ਹੈ ਗਾਣ ਦਾ ਨਹੀਂ ਤੇ ਫਿਰ ਤੁਸੀਂ ਸਰ ਡਾਂਸ ਵਿੱਚ ਇੰਟਰਸਟ ਲੈ ਲੈਂਦੇ ਹੋਵੋਗੇ ਜੇ ਉਹ ਸਿੰਗਿੰਗ ਵਿੱਚ ਨਹੀਂ ਲੈਂਦਾਸ ਤੇ ਮੈਂ ਲੈ ਲੈਂਦਾ ਤੇ ਤੁਹਾਡੀ ਪਰਫਾਰਮੈਂਸ ਜਿਹੜੀਆਂ ਉਹ ਹਾਂ ਜੀ ਇਹ ਇਵੈਂਟਸ ਫੈਮਿਲੀ ਜਿਹੜੇ ਫੰਕਸ਼ਨ ਹੁੰਦਾ ਦੇਖਣ ਨੂੰ ਬਹੁਤ ਡਾਂਸ ਹੁੰਦੇ ਅਸੀਂ ਕੋਠੇ ਕਰੀ ਜਾਵਾਂ ਕਿਹੜੇ Song ਦੇ ਉੱਤੇ ਡਾਂਸ ਕਰਦੇ ਹੋ ਕੋਈ ਵੀ Song ਹੋਵੇ ਅਸੀਂ ਡਾਂਸ ਕਰ ਲਈਦਾ ਪੁਰਾਣੇ ਨਵੇਂ ਕਿਸੇ ਵੀ ਤਰ੍ਹਾਂ ਫੇ ਵੀ ਇੱਕ ਹੁੰਦਾ ਹੈ ਕਿ ਸਾਡਾ ਇਹ Song ਤੇ ਤਾਂ ਡਾਂਸ ਸਾਡਾ ਪੱਕਾ ਹੀ ਹੈ ਨਾ ਤੇ ਉਹ ਕਿਹੜਾ ਤਾਂ ਹੈ ਜਿਹੜਾ ਅਭੀ ਨਾ ਜਾਵੋ ਛੋੜ ਕਰ ਤੇ ਕਰ ਲਈਦਾ ਸਾਫਟ ਸਲੋ ਰੋਮੈਂਟਿਕ Song ਐਕਚੁਅਲੀ ਹੁਣ ਬਜ਼ੁਰਗ ਹੋ ਗਏ ਆ ਸਲੋ ਹੀ ਗਾਣਾ ਜੀ